ਕਰਨ ਜਾ ਰਹੇ ਹਾਂ ਦਰਸ਼ੀ ਭਾਈ ਰੂਪਾ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ, ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਕਰਨ ਜਾ ਰਹੇ ਹਾਂ ਦਰਸ਼ੀ ਭਾਈ ਰੂਪਾ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ, ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਵਧਾਈਆਂ ਜੀ ਆਇਆਂ ਨੂੰ। ਕੀ ਹਾਲ ਚਾਲ ਨੇ ਜੀ? ਠੀਕ ਆ ਜੀ, ਵਧੀਆ। ਦਰਸ਼ੀ ਭਾਈ ਜੀ, ਆਪਾਂ ਹੁਣ ਤੁਹਾਡੀ ਜਾਣਕਾਰੀ, ਆਪਾਂ ਤੁਹਾਡੇ ਲਾਈਫ ਬਾਰੇ, ਤੁਹਾਡੀ ਜ਼ਿੰਦਗੀ ਬਾਰੇ ਸਵਾਲ ਥੋੜ੍ਹੇ ਜਿਹੇ ਤੁਹਾਡੇ ਨਾਲ ਸਾਂਝੇ ਕਰਾਂਗੇ। ਦਰਸ਼ੀ ਭਾਈ ਦਾ ਪੂਰਾ ਨਾਮ ਕੀ ਹੈ ਜੀ? ਮੇਰਾ ਨਾਮ ਦਰਸ਼ਨ ਖਾਨ ਹੈ, ਮੋਹਨ ਸਿੰਘ ਨੇ ਮੇਰਾ ਨਾਂ ਦਰਸ਼ੀ ਉਸਦੇ ਹੀ ਰੱਖਿਆ ਸੀ, ਅਤੇ ਜਾਂ ਜਾਣੀ ਮੈਂ ਛੋਟੀ ਉਮਰ ਦਾ ਜਦੋਂ ਕੋਲ ਰਹਿੰਦਾ ਸੀ ਮੈਨੂੰ ਬਚੀ ਕਹਿ ਕੇ ਬੜਾ ਪੁਕਾਰਦਾ ਸੀਗਾ। ਦਰਸ਼ੀ ਭਾਈ ਰੂਪਾ, ਭਾਈ ਰੂਪਾ ਜੀ ਆਪਣਾ ਪਿੰਡ ਹੈ ਜੀ? ਦਰਸ਼ੀ ਭਾਈ ਰੂਪਾ, ਭਾਈ ਰੂਪਾ ਪਿੰਡ ਹੈ? ਹਾਂਜੀ, ਭਾਈ ਰੂਪਾ ਪਿੰਡ ਹੈ। ਇਹ ਕਿੱਥੇ ਕੁ ਪੈਂਦਾ ਭਾਜੀ? ਇਹ ਜੀ ਬਠਿੰਡੇ ਜ਼ਿਲ੍ਹੇ 'ਚ ਪੈਂਦਾ ਹੈ, ਅਤੇ ਰਾਮਪੁਰਾ ਰਾਮਪੁਰਾ ਫੂਲ ਬਲਾਕ ਆ ਸਾਡਾ, ਅਤੇ ਉਸ ਏਰੀਏ 'ਚ ਪਿੰਡ ਹੈ। ਠੀਕ ਹੈ ਜੀ। ਦਰਸ਼ੀ ਭਾਈ ਦਾ ਜਨਮ ਕਦੋਂ ਹੋਇਆ? 70 ਦਾ ਜਨਮ ਹੈ ਜੀ। ਠੀਕ ਹੈ ਜੀ। ਦਰਸ਼ੀ ਭਾਈ ਨੇ ਪੜ੍ਹਾਈ ਕੀਤੀ ਹੈ ਜੀ? ਬਸ ਨੋਰਮਲ ਜੀ ਕਰੀ ਆ, ਕੋਈ ਬਾਹਲੀ ਨਹੀਂ, 5 ਕਿਤੇ ਕਰੀ। ਬਾਈ ਨੂੰ ਹੁਣ ਪੁੱਛੀਏ ਵੀ ਹੁਣ ਕਬੂਤਰ ਬਾਈ ਦਾ ਸ਼ੌਂਕ ਬਾਈ ਨੂੰ ਕਦੋਂ ਤੋਂ ਪਿਆ ਅਤੇ ਕਿਵੇਂ ਪਿਆ ਸ਼ੌਂਕ ਇਹ? ਮੰਨ ਲਾ ਵੀ ਮੈਨੂੰ 83 ਜੇ ਦੇ ਵਿੱਚ ਥੋੜ੍ਹਾ ਥੋੜ੍ਹਾ ਸ਼ੌਂਕ ਪਿਆ, ਅਤੇ 84 ਦੇ ਵਿੱਚ ਮੈਂ ਸਰਦਾਰ ਮੋਹਨ ਸਿੰਘ ਕੋਲ ਜਾ ਵੜਿਆ ਸੀਗਾ, ਜਦੋਂ ਕਿ ਉਦੋਂ ਬਸ ਬਾਜ਼ੀਆਂ ਥੋੜ੍ਹੇ ਥੋੜ੍ਹੇ ਕਬੂਤਰ ਹੁੰਦੇ ਸੀ। ਠੀਕ ਹੈ ਜੀ। ਅਤੇ ਤੁਸੀਂ 84 ਦੇ ਵਿੱਚ ਤਕਰੀਬਨ ਇਹ ਸ਼ੌਂਕ ਨੂੰ ਸ਼ੁਰੂ ਕੀਤਾ? ਹਾਂਜੀ। ਜੇ ਇਹ ਸ਼ੌਂਕ ਪਰਿਵਾਰ ਦੇ ਵਿੱਚ ਪਹਿਲਾਂ ਵੀ ਕਿਸੇ ਨੂੰ ਸੀ ਜਾਂ ਤੁਹਾਡੇ ਤੋਂ ਸ਼ੁਰੂ ਹੋਇਆ ਸੀ? ਨਹੀਂ, ਮੇਰੇ ਦਾਦਿਆਂ ਨੂੰ ਤਾਂ ਸੀਗਾ, ਸਾਡੇ ਵੱਡੇ ਬਜ਼ੁਰਗਾਂ ਨੂੰ ਸੀਗਾ, ਜਾਣੀ ਮੇਰੇ ਬਾਪ ਨੂੰ ਨਹੀਂ ਸੀਗਾ। ਅੱਛਾ ਜੀ। ਠੀਕ ਹੈ। ਜਦੋਂ ਤੁਸੀਂ ਕਬੂਤਰ ਰੱਖੇ, ਬਾਪ ਨੇ ਜਦੋਂ ਕੁਛ, ਜਦੋਂ ਪਹਿਲੀ ਵਾਰ ਤੁਸੀਂ ਘਰ ਕਬੂਤਰ ਲੈ ਕੇ ਆਏ, ਉਹਨਾਂ ਨੇ ਕੁਛ ਆਪਾਂ ਨੂੰ ਬੋਲਿਆ ਸੀ ਜਾਂ ਆਪਣੇ ਨਾਲ ਪੂਰਾ ਸਹਿਯੋਗ ਹੀ ਦਿੱਤਾ? ਮਾੜਾ ਮੋਟਾ ਨੋਰਮਲ ਵੀ, ਮੰਨ ਲਾ ਵੀ ਕੰਮ ਨਹੀਂ ਕਰਦੇ ਇਹੋ ਜਿਹਾ, ਕਿਉਂਕਿ ਤਾਂ ਉਦੋਂ ਮਾਹੌਲ ਖਰਾਬ ਸੀਗਾ, ਮੰਨ ਲਾ ਵੀ ਉਦੋਂ ਸਮਾਂ ਥੋੜ੍ਹਾ ਚੰਗਾ ਨਹੀਂ ਸੀਗਾ ਉਸ ਟਾਈਮ ਦੇ ਵਿੱਚ। ਜੀ ਜੀ। ਉਦੋਂ ਥੋੜ੍ਹੀ ਟੋਕਾ ਟਕਾਈ ਹੋਈ ਸੀ? ਹਾਂ, ਹੁੰਦੀ ਰਹਿੰਦੀ ਸੀ, ਪਰ ਆਪਾਂ ਸ਼ੌਂਕ ਨੂੰ ਫਿਰ ਬਰਕਰਾਰ ਰੱਖਿਆ। ਹਾਂ, ਬਰਕਰਾਰ ਰੱਖਿਆ। ਜੀ ਜੀ ਜੀ। ਬਾਈ ਜੀ, ਇਸ ਟਾਈਮ ਆਪਣੇ ਕੋਲ ਘਰ ਕਿੰਨੇ ਕਬੂਤਰ ਰੱਖੇ ਹੋਏ ਜੀ? ਘਰੇ ਤਾਂ ਫਿਰ ਜਦੋਂ ਮੈਂ ਮੁੜ ਕੇ ਡਰਾਈਵਰੀ ਲਾਈਨ 'ਚ ਵੜ ਗਿਆ, ਮੰਨ ਲਾ ਫਿਰ ਮੈਂ ਗੱਡੀ ਚਲਾਉਣ ਦਾ ਵੀ ਬਾਹਲਾ ਸ਼ੌਂਕ ਰੱਖਦਾ ਸੀਗਾ, ਅਤੇ ਵੱਡਾ ਘੋੜਾ ਚਲਾਉਣਾ ਹੈਗਾ, ਅਤੇ ਫਿਰ ਮੰਨ ਲਾ ਵੀ ਜਦੋਂ ਸਰਦਾਰ ਦੀ ਡੈਥ ਹੋਈ, ਉਦੋਂ ਬਾਅਦ ਮੈਂ ਕੋਈ ਕਬੂਤਰ ਨਹੀਂ ਰੱਖਿਆ। ਇਸ ਵਕਤ ਹੁਣ ਤੁਹਾਡੇ ਕੋਲ ਕੋਈ ਕਬੂਤਰ ਨਹੀਂ ਰੱਖਿਆ? ਦੂਜੇ ਮੁੰਡੇ ਨਾਲ ਮੁੰਡੇ ਆ, ਚੇਲੇ ਆ, ਪਿੰਡ ਦੇ ਵਿੱਚ ਇੱਕ ਰਖਾਏ ਵੇ ਆ, ਅਤੇ ਇੱਕ ਮੰਨ ਲਾ ਗਰਵਾਜ ਦੁੱਲੇ ਵਾਲੇ ਤੋਂ ਮੁੰਡਾ, ਉਹ ਮੇਰੇ ਨਾਲ ਹਰ ਵਕਤ ਰਹਿੰਦਾ, ਉਹਦੇ ਉੱਥੇ ਰਖਾਏ ਹੋਏ ਆ। ਠੀਕ ਹੈ, ਠੀਕ। ਬਸ ਇੱਕ ਮਹੀਨਾ ਜਾਂ 50 ਕੁ ਦਿਨਾਂ ਦੀਆਂ ਮੈਨੂੰ ਗੱਡੀ ਤੋਂ ਛੁੱਟੀਆਂ ਮਿਲਦੀਆਂ, ਉਦੋਂ ਆ ਕੇ ਬਸ ਮੈਂ ਲਗਾਤਾਰ ਬਾਜ਼ੀਆਂ ਦੇਖਦਾ। ਜੀ ਜੀ। ਯਾਨੀ ਕਿ ਉੱਦਾਂ ਤੁਸੀਂ ਪੇਸ਼ੇ ਦੇ ਤੌਰ 'ਤੇ ਟਰੱਕ ਚਲਾਉਂਦੇ ਹੋ? ਹਾਂਜੀ, ਘੋੜਾ ਚਲਾਉਣਾ। ਜੀ ਜੀ। ਠੀਕ ਹੈ ਬਾਈ ਜੀ। ਫਿਰ ਆਪਣੇ ਘਰ ਦੇ ਕੰਮ ਕਾਰ ਦੇ ਨਾਲ ਨਾਲ ਸ਼ੌਂਕ ਨੂੰ ਵੀ ਪੂਰਾ ਬਰਕਰਾਰ ਰੱਖਿਆ ਹੋਇਆ ਵਾ, ਅਤੇ ਪਰ ਦੋ, ਤੁਸੀਂ ਕਹਿ ਰਹੇ ਵੀ 1.5-2 ਮਹੀਨੇ ਛੁੱਟੀਆਂ ਹੁੰਦੀਆਂ ਨੇ, ਪਰ ਉਦੋਂ ਤੁਸੀਂ ਬਾਜ਼ੀਆਂ ਦਾ ਪੂਰਾ ਆਨੰਦ ਮਾਣਦੇ? ਮੰਨ ਲਾ ਮਾਲਕ ਵੀ ਮੈਨੂੰ ਮੈਂ ਦਿਲੋਂ ਖੁੱਲ੍ਹ ਕੇ ਛੁੱਟੀ ਦਿੰਦੇ ਆ ਵੀ ਇਹਦਾ ਸ਼ੌਂਕ ਇਹਨੂੰ ਕਰ ਲੈਂਦੇ ਹੋ ਬਸ। ਹਾਂ, ਠੀਕ ਹੈ, ਠੀਕ ਹੈ। ਅਤੇ ਤੁਸੀਂ ਇਸ ਵਕਤ ਆਪਣੇ ਕੋਲ ਕੋਈ ਤੁਸੀਂ ਉੱਦਾਂ ਕਬੂਤਰ ਨਹੀਂ ਰੱਖੇ ਹੋਏਗੇ, ਪਰ ਤੁਸੀਂ ਆਪਣੇ ਸ਼ੌਂਕ ਨੂੰ ਪੂਰਾ ਬਰਕਰਾਰ ਰੱਖਦੇ ਹੋ? ਅਤੇ ਬਾਈ ਜੀ, ਆਪਣੇ ਕੋਲ ਇਹ ਪੁੱਛਣਾ ਚਾਹੁੰਦਾ ਬਈ, ਜਿਵੇਂ ਆਪਾਂ ਇਨਾਮਾਂ ਦੀ ਗੱਲ ਕਰਦੇ ਹਾਂ, ਆਪਣੇ ਕਬੂਤਰਾਂ ਨੇ ਕਿੱਥੋਂ ਤੱਕ ਇਨਾਮ ਜਿੱਤੇ ਹੋਏ ਆ ਜੀ? ਆਪਣੇ ਕੋਲ, ਆਪਣੇ ਕੋਲ ਮੰਨ ਲਾ ਆਹ ਸੀਜ਼ਨ ਦੇ ਵਿੱਚ ਤੀਜਾ ਮੋਟਰਸਾਈਕਲ, ਅੱਜ ਤੀਜਾ ਮੋਟਰਸਾਈਕਲ ਹੈ, ਫਰਿੱਜ ਜਿੱਤਿਆ, ਫਿਰ ਜਿਹੜਾ ਬਿੱਕਰ ਪੱਖੋ ਵਾਲਾ ਉਹ ਦੁੱਸਰ ਦੇ ਵਿੱਚ ਮੇਰਾ ਹੀ ਚੇਲਾ ਹੈਗਾ, ਫਿਰ ਫੋਰ ਟਰੈਕਟਰ ਜਿੱਤਿਆ ਜੂਨ 8 ਕੁ ਦਿਨ ਪਹਿਲਾਂ। ਇਹ ਮੰਨ ਲਾ ਬਿੱਕਰ ਹੈ, ਆਵਣਾ ਚਗਾਮ ਵਾਲਾ, ਸੁੱਖਾ ਪੱਤੋ ਵਾਲਾ, ਗਰਵਾਜ ਦੁੱਲੇ ਵਾਲਾ, ਇਹ ਮੇਰੇ ਨਾਲ ਵੱਡੀ ਲਾਈਨ ਬਣਾ ਕੇ ਰੱਖਦੇ ਹਰ ਵਕਤ।
ਜਦੋਂ ਗੇਮ ਦੀ ਲਾਈਨ ਚੱਲ ਪੈਂਦੀ ਹੈ ਤੇ ਸਾਰੇ ਬੰਦੇ ਮੇਰੇ ਸੰਪਰਕ 'ਚ ਰਹਿੰਦੇ ਹਰ ਵਕਤ। ਤੇ ਬਾਈ ਜੀ ਆਪਣੀ ਖੇਡ ਦੇ ਵਿੱਚ ਉਸਤਾਦ ਕਿਹਨਾਂ ਨੂੰ ਮੰਨਦੇ ਨੇ? ਮੋਹਨ ਸਿੰਘ, ਸਰਦਾਰ ਮੋਹਨ ਸਿੰਘ। ਹਾਂ ਠੀਕ, ਹੋਰ ਤਾਂ ਮੰਨ ਲਾ ਵੀ ਮੈਨੂੰ ਲੱਗਦਾ ਮੈਂ ਕਿਸੇ ਦੇ ਘਰੇ ਕਿਤੇ ਪਾਣੀ ਵੀ ਨਹੀਂ ਪੀਤਾ ਹੋਣਾ ਉਹ ਤੋਂ ਬਿਨਾਂ। ਅੱਛਾ ਜੀ। ਹਾਂਜੀ। ਜਦੋਂ ਤੁਸੀਂ ਕਬੂਤਰੇ ਦੇ ਸ਼ੌਂਕ ਨੂੰ ਸ਼ੁਰੂ ਕੀਤਾ ਸੀ ਉਦੋਂ ਬਹੁਤ ਥੋੜ੍ਹੇ ਨਾਮ ਹੁੰਦੇ ਸੀਗੇ? ਉਦੋਂ ਤਾਂ ਨਹੀਂ ਹੁੰਦੇ ਸੀਗੇ ਜੀ, ਉਦੋਂ ਜਾਣੀ ਕਿ ਬਹੁਤ ਲੰਬਾ ਸਮਾਂ ਹੋ ਗਿਆ ਉਦੋਂ ਨਵੇਂ ਕਿਲੇ ਕੱਪ ਰੱਖਿਆ ਸੀਗਾ ਅਤੇ ਉਹ ਕੱਪ ਵੀ ਉਦੋਂ ਜਾਣੀ ਮੈਂ ਮੋਹਨ ਸਿੰਘ ਦੇ ਕਬੂਤਰ ਉਡਾਉਂਦਾ ਹੁੰਦਾ ਸੀਗਾ ਅਤੇ ਮੋਹਨ ਸਿੰਘ ਨੇ ਚੱਕਿਆ ਸੀ ਉਦੋਂ। ਜੀ ਜੀ। ਮੇਰਾ ਸਵਾਲ ਇਹ ਸੀ ਕਿ ਜਦੋਂ ਤੁਸੀਂ ਇਹ ਕਬੂਤਰਬਾਜ਼ੀ ਸ਼ੌਂਕ ਦੇ ਵਿੱਚ ਆਏ ਸੀਗੇ ਉਦੋਂ ਕਦੇ ਇਹ ਸੋਚਿਆ ਸੀ ਤੁਸੀਂ ਵੀ ਕਦੇ ਇਹ ਖੇਡ ਦੇ ਵਿੱਚ ਸ਼ੌਂਕ ਦੇ ਵਿੱਚ ਵੀ ਸਾਨੂੰ ਮੋਟਰਸਾਈਕਲ ਜਾਂ ਗੱਡੀਆਂ ਜਾਂ ਟਰੈਕਟਰ ਮਿਲਿਆ ਕਰਨ? ਇਹ ਚੀਜ਼ਾਂ ਦਾ ਨਹੀਂ ਐਡਾ ਸੀਗਾ ਵੀ ਇੱਥੋਂ ਤਿੱਕਰੇ ਕੰਮ ਜਾਵੜੂਗਾ, ਉਦੋਂ ਨਹੀਂ ਸੀਗਾ। ਉਦੋਂ ਸ਼ੌਂਕ ਨੂੰ ਸ਼ੌਂਕ ਐਂ ਸੀਗਾ, ਮੰਨ ਲਾ ਵੀ ਮੈਂ ਜਿਹੜਾ ਘੰਡਾ ਬੰਨੇ ਵਾਲਾ ਸਾਹ ਦਾ ਮੇਰੇ ਪਿੰਡ ਦੇ ਬਿਲਕੁਲ ਨੇੜੇ ਹੀ ਹੈ, ਮੰਨ ਲਾ ਜਦੋਂ ਉਹਨਾਂ ਦੀ ਵਰਸੀ ਤੇ 100 ਤੋਂ 200 ਮੁੱਢ ਉਦੋਂ ਹੋਇਆ ਸੀਗਾ। ਅੱਛਾ ਜੀ। ਹਾਂਜੀ, ਪਹਿਲਾਂ ਬਸ ਬਹੁਤ ਘੱਟ 50-70-100 ਰੁਪਏ ਤੱਕ ਜਾਂਦੀ ਸੀਗੀ। ਜੀ ਜੀ। ਦਰਸ਼ੀ ਬਾਈ ਲਾਸਟ ਦੇ ਵਿੱਚ ਜਾਂਦੇ ਜਾਂਦੇ ਸਾਡੇ ਦੇਖਣ ਵਾਲੇ ਦਰਸ਼ਕ ਵੀਰਾਂ ਲਈ ਕੋਈ ਛੋਟਾ ਜਿਹਾ ਮੈਸੇਜ ਜਾਂ ਕੋਈ ਛੋਟਾ ਜਿਹਾ ਸੁਝਾਅ ਦੇਣਾ ਚਾਹੁੰਦੇ ਤੁਸੀਂ ਜ਼ਰੂਰ ਦੇ ਸਕਦੇ ਹੋ? ਬਸ ਐਂ ਵੀ ਸੁਝਾਅ ਇਹੀ ਹੈ ਵੀ ਮੰਨ ਲਾ ਕਬੂਤਰਬਾਜ਼ੀ ਨੂੰ ਬੰਦਾ ਵਧੀਆ ਤਰੀਕੇ ਨਾਲ ਕਰੇ, ਵਧੀਆ ਕਿਸੇ ਬੰਦੇ ਨਾਲ ਲਗਨ ਕਰਨਾ, ਵਧੀਆ ਬੰਦੇ ਨਾਲ ਲਗਨ ਕਰੇ, ਨਸ਼ਿਆਂ ਤੋਂ ਬੰਦਾ ਦੂਰ ਰਹੇ। ਮੰਨ ਲਾ ਜਿਵੇਂ ਮੈਂ ਡਰਾਈਵਰ ਹੈਗਾ, ਮੈਂ ਮੰਨ ਲਾ ਬੀੜੀ ਸੈਕਟ ਜਾਂਦਾ ਮੈਂ ਕਦੇ ਇਹਦਾ ਸੈਂਪਲ ਵੀ ਨਹੀਂ ਦੇਖਿਆ ਹਜੇ ਤਿੱਕਰ, ਵੀ ਅਗਲਾ ਕਹਿ ਦੂ ਵੀ ਅਗਲਾ ਕਹਿੰਦਾ ਨਸ਼ੇ ਖਾ ਕੇ ਉਹ ਗੱਡੀ ਚਲਾਉਂਦੇ ਆ ਕਦੇ ਮੈਨੂੰ ਬਿਲਕੁਲ ਨਹੀਂ। ਯਾਨੀ ਕਿ ਖੇਡ ਨੂੰ ਖੇਡ ਪ੍ਰਤੀ ਖੇਡਣਾ ਚਾਹੀਦਾ। ਬਸ ਹਾਂ ਬਾਈ ਜੀ, ਸਾਡੇ ਲਈ ਤੁਸੀਂ ਆਪਣਾ ਸ਼ੁਭ ਸਮਾਂ ਦਿੱਤਾ, ਸਾਰੀ ਗੱਲਬਾਤ ਕੀਤੀ, ਸਾਨੂੰ ਬਹੁਤ ਵਧੀਆ ਲੱਗਿਆ, ਬਹੁਤ ਬਹੁਤ ਧੰਨਵਾਦ। ਠੀਕ ਹੈ, ਥੈਂਕ ਯੂ, ਧੰਨਵਾਦ, ਥੈਂਕ ਯੂ।